ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਵਾਰਨਿੰਗ ਟੂ ਮੂਵੀ ਦਾ ਟ੍ਰੇਲਰ ਆ ਚੁੱਕਿਆ ਵਾ ਅਤੇ ਮੈਂ ਇਸ ਮੂਵੀ ਦੇ ਲਈ ਬਹੁਤ ਜ਼ਿਆਦਾ ਐਕਸਾਈਟਡ ਹਾਂ, ਕਿਉਂਕਿ ਇਹ ਮੂਵੀ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਕਿ ਆਰਡੀਨਰੀ ਪੰਜਾਬੀ ਐਕਸ਼ਨ ਮੂਵੀ ਨਹੀਂ ਹੈ। ਬਹੁਤ ਸਾਰਾ ਸਸਪੈਂਸ ਅਤੇ ਬਹੁਤ ਸਾਰਾ ਐਕਸ਼ਨ ਥ੍ਰਿਲਰ, ਅਤੇ ਮੈਂ ਟ੍ਰੇਲਰ ਨੂੰ ਬ੍ਰੇਕਡਾਊਨ ਕੀਤਾ ਵਾ, ਇੱਕ ਤਰੀਕੇ ਨਾਲ ਇਹਦੀ ਸਟੋਰੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਮੂਵੀ ਦੀ ਕਿ ਸਟੋਰੀ ਕੀ ਹੋ ਸਕਦੀ ਹੈ। ਹੁਣ ਜਿਹੜੀ ਮੈਂ ਬ੍ਰੇਕਡਾਊਨ ਕੀਤਾ ਟ੍ਰੇਲਰ ਦੇ ਵਿੱਚੋਂ, ਇਹ ਸਟੋਰੀ ਮੇ ਬੀ ਸੱਚੀ ਵੀ ਹੋ ਸਕਦੀ ਹੈ ਅਤੇ ਮੇ ਬੀ ਮੈਂ ਗਲਤੀ ਵੀ ਹੋ ਸਕਦਾ, ਕਿਉਂਕਿ ਜਸਟ ਟ੍ਰੇਲਰ ਦੇ ਬੇਸਿਸ 'ਤੇ ਮੈਂ ਇਹ ਚੀਜ਼ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾ। ਜੇਕਰ ਤੁਹਾਨੂੰ ਸਪੋਇਲਰ ਜੇ ਵਗੈਰਾ ਨਹੀਂ ਬਦਲਾਉਂਦੇ ਤਾਂ ਤੁਸੀਂ ਇਸ ਟਾਈਮ ਵੀਡੀਓ ਨੂੰ ਸਕਿੱਪ ਜਾਂ ਛੱਡ ਸਕਦੇ ਹੋ, ਅਤੇ ਜੇਕਰ ਤੁਸੀਂ ਇੰਟਰਸਟਿਡ ਹੋ ਜ਼ਿਆਦਾ ਜਾਣਨ ਦੇ ਵਿੱਚ, ਕਿਉਂਕਿ ਮੇ ਬੀ ਮੇਰੀ ਸਟੋਰੀ ਗਲਤ ਹੋ ਜਾਵੇ ਅਤੇ ਉੱਥੇ ਕੁਛ ਨਵੀਂ ਚੀਜ਼ ਨਿਕਲ ਆਵੇ ਤਾਂ ਉਹ ਦੁੱਗਣਾ ਸਵਾਦ ਵੀ ਹੋ ਜਾਂਦਾ। ਸੋ ਇੱਕ ਤਰੀਕੇ ਨਾਲ ਇਹ 50-50 ਚਾਂਸਿਸ ਹੁੰਦੇ ਨੇ। ਜਿਵੇਂ ਕਿ ਤੁਸੀਂ ਪਿਛਲੀ ਮੂਵੀ ਦੇ ਵਿੱਚ ਦੇਖਿਆ, ਗਿੱਪੀ ਗਰੇਵਾਲ ਪੰਮੇ ਨੂੰ ਮਾਰਨ ਦੇ ਲਈ ਜੇਲ੍ਹ ਦੇ ਵਿੱਚ ਆ ਰਿਹਾ ਵਾ। ਹੁਣ ਇਸ ਤੋਂ ਬਾਅਦ ਕੀ ਹੋਏਗਾ? ਸੀਟੀ ਨਾਮ ਦਾ ਇੱਕ ਨਵਾਂ ਕਰੈਕਟਰ ਇੰਟਰੋਡਿਊਸ ਕੀਤਾ ਗਿਆ ਵਾਰਨਿੰਗ ਟੂ ਮੂਵੀ ਦੇ ਵਿੱਚ, ਅਤੇ ਟ੍ਰੇਲਰ ਦੇ ਵਿੱਚ ਹੀ ਪਤਾ ਲੱਗ ਰਿਹਾ ਵਾ ਕਿ ਸੀਟੀ ਆਪਣੀ ਰੰਜਿਸ਼ ਜਾਂ ਆਪਣੀ ਇੱਕ ਦੁਸ਼ਮਣੀ ਕਿਸੇ ਬੰਦੇ ਤੋਂ ਕੱਢਦਾ ਵਾ ਅਤੇ ਉਹਦਾ ਨਾਮ, ਉਹਦਾ ਇਲਜ਼ਾਮ ਪੰਮੇ 'ਤੇ ਲਾ ਦਿੰਦਾ ਵਾ, ਅਤੇ ਪੁਲਿਸ ਪੰਮੇ ਨੂੰ ਫੜ ਕੇ ਮੇ ਬੀ ਉਸਨੂੰ ਕੁੱਟਦੀ ਹੈ, ਉਸਨੂੰ ਟੋਰਚਰ ਕਰਦੀ ਹੈ, ਅਤੇ ਪੰਮਾ ਬਦਲਾ ਲੈਂਦਾ ਵਾ ਸੀਟੀ ਤੋਂ, ਸੀਟੀ ਨੂੰ ਮਾਰ ਕੇ। ਉਸ ਤੋਂ ਬਾਅਦ ਗਿੱਪੀ ਗਰੇਵਾਲ ਦਾ ਵੀ ਇੱਕ ਐਕਸ਼ਨ ਸੀਨ ਦੇਖਣ ਨੂੰ ਮਿਲ ਰਿਹਾ ਟ੍ਰੇਲਰ ਦੇ ਵਿੱਚ, ਜਿੱਥੇ ਪੰਮਾ ਬੈਠਾ ਵਾ ਪਰ ਗਿੱਪੀ ਗਰੇਵਾਲ ਕਿਸੇ ਹੋਰ ਗੁੰਡਿਆਂ ਨੂੰ ਕੁੱਟ ਰਿਹਾ ਵਾ। ਉੱਥੇ ਸੀਨ ਦੋ ਹੋ ਸਕਦੇ ਨੇ, ਮੇ ਬੀ ਉਹ ਗੁੰਡੇ ਪੰਮੇ ਨੂੰ ਮਾਰਨ ਦੇ ਲਈ ਆਏ ਸੀ ਅਤੇ ਗਿੱਪੀ ਗਰੇਵਾਲ ਉਹਨਾਂ ਨੂੰ ਇਸ ਕਰਕੇ ਕੁੱਟ ਰਿਹਾ ਕਿ ਉਹ ਉਸ ਦਾ ਸ਼ਿਕਾਰ ਹੈ, ਜਾਂ ਫਿਰ ਹੋ ਸਕਦਾ ਵਾ ਕਿ ਗਿੱਪੀ ਗਰੇਵਾਲ ਦੀ ਕੋਈ ਪੁਰਾਣੀ ਦੁਸ਼ਮਣੀ ਹੋਵੇ ਉਹਨਾਂ ਨਾਲ, ਇਸ ਕਰਕੇ ਉਹਨਾਂ ਨੇ ਉਸ 'ਤੇ ਹਮਲਾ ਕੀਤਾ। ਜੇਲ੍ਹ ਦੇ ਵਿੱਚ ਵਾਇਲੈਂਸ ਬਹੁਤ ਜ਼ਿਆਦਾ ਫੈਲ ਜਾਂਦਾ ਵਾ, ਕਿਉਂਕਿ ਆਪਾਂ ਨੂੰ ਇੱਥੇ ਬਹੁਤ ਸਾਰੇ ਕਰੈਕਟਰ ਗੁੰਡਿਆਂ ਦੇ ਰੋਲ ਵਿੱਚ ਦੇਖਣ ਨੂੰ ਮਿਲੇ ਹਨ, ਜਿਸ ਦੇ ਕਾਰਨ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਾਜਸਥਾਨ ਲਿਜਾਇਆ ਜਾਂਦਾ ਅਤੇ ਉਹ ਡਿਊਟੀ ਲੱਗਦੀ ਹੈ ਰਾਹੁਲ ਦੇਵ ਦੀ, ਜੋ ਕਿ ਰਣਜੀਤ ਸਿੰਘ ਨਾਮ ਦੇ ਇੰਸਪੈਕਟਰ ਦਾ ਕਰੈਕਟਰ ਪਲੇ ਕਰ ਰਹੇ ਨੇ ਇਸ ਮੂਵੀ ਦੇ ਵਿੱਚ। ਰਸਤੇ ਦੇ ਵਿੱਚ ਇਹਨਾਂ ਦੀ ਬੈਨ ਨੂੰ ਪਲਟਾ ਦਿੱਤਾ ਜਾਂਦਾ ਵਾ ਰਾਣੇ ਦੁਆਰਾ। ਹੁਣ ਰਾਣਾ ਕੌਣ ਆ? ਇੱਥੇ ਮੇ ਬੀ ਚੱਲੇਗਾ ਗਿੱਪੀ ਗਰੇਵਾਲ ਦਾ ਫਲੈਸ਼ਬੈਕ, ਪੁਰਾਣੇ ਸੀਨ, ਯਾਨੀ ਕਿ ਗਿੱਪੀ ਗਰੇਵਾਲ ਦਾ ਗੇਜੇ ਬਣਨ ਦਾ ਸਫ਼ਰ। ਗਿੱਪੀ ਗਰੇਵਾਲ ਨੂੰ ਪਿਆਰ ਹੁੰਦਾ ਹੈ ਰੌਣਕ ਨਾਲ, ਰੌਣਕ ਹੁੰਦੀ ਹੈ ਰਾਣੇ ਦੀ ਭੈਣ ਅਤੇ ਹੌਬੀ ਧਾਲੀਵਾਲ ਦੀ ਬੇਟੀ, ਅਤੇ ਰਾਣੇ ਅਤੇ ਉਸਦੇ ਪਿਤਾ ਨੂੰ ਮੇ ਬੀ ਨਹੀਂ ਪਸੰਦ ਹੋਊਗਾ ਗਿੱਪੀ ਗਰੇਵਾਲ ਦਾ ਰੌਣਕ ਦੇ ਨਾਲ ਵਿਆਹ ਹੋਣਾ। ਜਿਸ ਤੋਂ ਬਾਅਦ ਗਿੱਪੀ ਗਰੇਵਾਲ ਰੌਣਕ ਨਾਲ ਭੱਜ ਕੇ ਵਿਆਹ ਕਰਵਾ ਲੈਂਦਾ ਹੈ, ਅਤੇ ਜਦੋਂ ਉਹ ਘਰੇ ਪਹੁੰਚਦਾ ਹੈ ਉੱਥੇ ਗਿੱਪੀ ਗਰੇਵਾਲ ਦੀ ਫੈਮਿਲੀ ਦੇ ਵਿੱਚੋਂ ਕਿਸੇ ਮੈਂਬਰ ਨੂੰ ਰਾਣੇ ਅਤੇ ਉਸਦੇ ਪਿਤਾ ਦੁਆਰਾ ਮਾਰ ਦਿੱਤਾ ਗਿਆ ਹੋਵੇਗਾ। ਦੈਨ ਗਿੱਪੀ ਗਰੇਵਾਲ ਬਦਲਾ ਲੈਂਦਾ ਹੈ ਹੌਬੀ ਧਾਲੀਵਾਲ ਤੋਂ ਉਸਨੂੰ ਮਾਰ ਕੇ। ਉੱਥੇ ਪਹੁੰਚ ਜਾਂਦੀ ਹੈ ਪੁਲਿਸ, ਯਾਨੀ ਕਿ ਰਾਹੁਲ ਦੇਵ, ਅਤੇ ਰਾਹੁਲ ਦੇਵ ਗਿੱਪੀ ਗਰੇਵਾਲ ਨੂੰ ਅਰੈਸਟ ਕਰਕੇ ਜੇਲ੍ਹ 'ਚ ਲੈ ਜਾਂਦਾ ਹੈ। ਸੋ ਰਾਣਾ ਹੁਣ ਉਡੀਕ ਦੇ ਵਿੱਚ ਬੈਠਾ ਸੀ ਕਦੋਂ ਗਿੱਪੀ ਗਰੇਵਾਲ ਉਸਨੂੰ ਮਿਲੇ ਅਤੇ ਉਹ ਉਸਨੂੰ ਮਾਰੇ, ਇਸ ਕਰਕੇ ਉਸਨੇ ਇਹ ਮੌਕਾ ਨਹੀਂ ਛੱਡਿਆ। ਅਤੇ ਜਦੋਂ ਪੁਲਿਸ ਵੈਨ ਦੇ ਵਿੱਚ ਸਾਰੇ ਗੁੰਡੇ ਜਾ ਰਹੇ ਸਨ ਰਾਜਸਥਾਨ ਵੱਲ, ਤਾਂ ਰਾਣਾ ਆਪਣੇ ਬੰਦਿਆਂ ਦੁਆਰਾ ਉਸ ਵੈਨ ਨੂੰ ਪਲਟਵਾ ਦਿੰਦਾ ਵਾ। ਉਸ ਵੈਨ ਦੇ ਵਿੱਚ ਜਿਹੜੇ ਕਿ ਆਪਸ ਦੇ ਵਿੱਚ ਦੁਸ਼ਮਣ ਬਣੇ ਹੋਏ ਸੀ ਇੰਨੇ ਜ਼ਿਆਦਾ, ਉਹ ਲੜ ਪੈਂਦੇ ਨੇ। ਇੱਕ ਬੜਾ ਹੀ ਤਕੜਾ ਫਾਈਟ ਸੀਨ ਦੇਖਣ ਨੂੰ ਮਿਲੇਗਾ ਮਾਪਾ ਨੂੰ, ਅਤੇ ਜਿਸ ਤੋਂ ਬਾਅਦ ਕਿ ਇਹ ਭੱਜ ਕੇ ਇੱਕ ਹਵੇਲੀ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਕਿ ਰਾਣਾ ਆ ਜਾਂਦਾ ਵਾ ਇਹਨਾਂ ਨੂੰ ਮਾਰਨ ਦੇ ਲਈ। ਉੱਥੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਪੰਮਾ ਅਤੇ ਗਿੱਪੀ ਗਰੇਵਾਲ, ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਰਾਹੁਲ ਦੇਵ ਦੁਆਰਾ, ਅਤੇ ਰਾਣਾ ਇਹਨਾਂ ਨੂੰ ਵਾਰਨਿੰਗ ਦੇ ਰਿਹਾ ਵਾ ਕਿ ਤੁਸੀਂ 1-2 ਦਿਨ ਤੱਕਣੂਗਾ, ਉਸ ਤੋਂ ਬਾਅਦ ਆਪਣੇ ਬਾਹਰ ਆ ਜਾਓ, ਨਹੀਂ ਤਾਂ ਫਿਰ ਮੈਂ ਇੱਥੇ ਤਾਬੜ ਤੋੜ ਗੋਲੀਆਂ ਚਲਾਊਂਗਾ। ਅਤੇ ਐਂਡ ਦੇ ਵਿੱਚ ਆਪਾਂ ਨੂੰ ਫਾਈਟ ਸੀਨ ਦੇਖਣ ਨੂੰ ਮਿਲੇਗਾ ਗਿੱਪੀ ਗਰੇਵਾਲ ਅਤੇ ਰਾਣੇ ਦੇ ਵਿਚਕਾਰ, ਅਤੇ ਪੰਮਾ ਉਹ ਤੋਂ ਭੱਜ ਕੇ ਚੱਲੇ ਜਾਂਦਾ ਬਾਈ ਜੀ ਦੇ ਘਰ, ਜਿਹੜਾ ਕਿ ਸੀਨ ਆਪਾਂ ਨੂੰ ਟ੍ਰੇਲਰ ਦੀ ਸਟਾਰਟਿੰਗ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਉਹ ਪੁੱਛਦਾ ਵਾ ਕਿ ਚਾਹ ਧਾਰ ਦਿਓ। ਮੈਨੂੰ ਨਹੀਂ ਲੱਗਦਾ ਕਿ ਇਹ ਮੂਵੀ ਇੱਥੇ ਐਂਡ ਹੋਵੇਗੀ, ਹੋ ਸਕਦਾ ਇਸ ਦਾ ਗਾਂ ਥਰਡ ਪਾਰਟ ਵੀ ਕੱਢਿਆ ਜਾਵੇ, ਕਿਉਂਕਿ ਫਰੈਂਚਾਈਜ਼ ਇਹ ਬਹੁਤ ਤਕੜੀ ਬਣ ਸਕਦੀ ਹੈ, ਬਹੁਤ ਹੀ ਜ਼ਿਆਦਾ ਇੰਟਰਸਟਿੰਗ ਸਟੋਰੀ। ਮੈਂ ਵੀ ਨਹੀਂ ਕਹਿੰਦਾ ਕਿ ਹਾਂ ਵੀ ਇਹੀ ਸਟੋਰੀ ਹੋਣ ਵਾਲੀ ਹੈ। ਸੋ ਇਹ ਸਾਰੀ ਸਟੋਰੀ ਮੈਂ ਟ੍ਰੇਲਰ ਨੂੰ ਬ੍ਰੇਕਡਾਊਨ ਕਰਕੇ ਬਣਾਈ ਹੈ, ਪਰ ਹਜੇ ਵੀ ਕੁਝ ਸਵਾਲ ਨੇ ਜਿਨ੍ਹਾਂ ਦੇ ਆਨਸਰ ਹਜੇ ਵੀ ਮੈਂ ਨਹੀਂ ਦਿੱਤੇ। ਧੀਰਜ ਕੁਮਾਰ, ਜਿਸ ਨੂੰ ਆਪਾਂ ਪਹਿਲੀ ਮੂਵੀ ਦੇ ਵਿੱਚ ਦੇਖਿਆ ਸੀ ਐਜ਼ ਅ ਲੀਡ, ਜਿਸ ਦੀ ਡੈਥ ਹੋ ਗਈ, ਲੇਕਿਨ ਇਸ ਮੂਵੀ
ਮੂਵੀ ਦੇ ਡਿਸਕ੍ਰਿਪਸ਼ਨ ਅਤੇ ਟੈਗਸ ਦੇ ਵਿੱਚ ਧੀਰਜ ਕੁਮਾਰ ਨੂੰ ਟੈਗ ਕੀਤਾ ਜਾ ਰਿਹਾ ਵਾ, ਸੋ ਉਸਦਾ ਰੋਲ ਕਿੱਥੇ ਫਿੱਟ ਕੀਤਾ ਜਾਵੇਗਾ ਇਹ ਨਹੀਂ ਪਤਾ। ਦੂਜੇ ਨੰਬਰ 'ਤੇ ਜਦੋਂ ਗਿੱਪੀ ਗਰੇਵਾਲ ਦੀ ਫੈਮਿਲੀ ਦੇ ਵਿੱਚੋਂ ਕਿਸੇ ਨੂੰ ਮਾਰਤਾ ਹੌਬੀ ਧਾਲੀਵਾਲ ਅਤੇ ਰਾਣੇ ਨੇ, ਤਾਂ ਉਸ ਤੋਂ ਬਾਅਦ ਰੌਣਕ ਦਾ ਕੀ ਹੋਇਆ ਇਹ ਵੀ ਕੁਛ ਨਹੀਂ ਪਤਾ। ਤੀਜੇ ਨੰਬਰ 'ਤੇ ਰਾਹੁਲ ਦੇਵ ਦਾ ਕਰੈਕਟਰ ਐਜ਼ ਅ ਇੰਸਪੈਕਟਰ ਇੱਕ ਪੋਜ਼ਿਟਿਵ ਹੈ ਜਾਂ ਨੈਗੇਟਿਵ ਇਹ ਵੀ ਕੁਛ ਨਹੀਂ ਪਤਾ। ਚੌਥੇ ਨੰਬਰ 'ਤੇ ਇਹਨਾਂ ਨੇ 2 ਸਾਲ ਪਹਿਲਾਂ ਪੋਸਟਰ ਦੇ ਵਿੱਚ ਲਿਖਿਆ ਸੀ ਕਿ ਹੁਣ ਮਿਆਨ ਇੱਕ ਅਤੇ ਤਲਵਾਰਾਂ ਹੋ ਗਈਆਂ 4, ਸੋ ਹੁਣ ਚੌਥੀ ਤਲਵਾਰ ਕਿਹੜੀ ਹੈ ਇਹ ਵੀ ਕੁਛ ਨਹੀਂ ਪਤਾ। ਕਿਉਂਕਿ ਜਦੋਂ ਵਾਰਨਿੰਗ ਐਜ਼ ਅ ਵੈਬ ਸੀਰੀਜ਼ ਰਿਲੀਜ਼ ਹੋਈ ਸੀ ਤਾਂ ਉਦੋਂ ਇੱਦਾਂ ਬੋਲਿਆ ਜਾਂਦਾ ਸੀ ਕਿ ਮਿਆਨ ਇੱਕ ਅਤੇ ਤਲਵਾਰਾਂ ਤੋਂ, ਯਾਨੀ ਕਿ ਧੀਰਜ ਕੁਮਾਰ ਅਤੇ ਪ੍ਰਿੰਸ ਕਵਲਜੀਤ। ਜਦੋਂ ਵਾਰਨਿੰਗ ਮੂਵੀ ਰਿਲੀਜ਼ ਹੋਈ ਤਾਂ ਉਹਨਾਂ ਨੇ ਕਿਹਾ ਕਿ ਮਿਆਨ ਇੱਕ ਅਤੇ ਤਲਵਾਰਾਂ 3, ਯਾਨੀ ਕਿ ਪ੍ਰਿੰਸ ਕਵਲ ਸਿੰਘ, ਧੀਰਜ ਕੁਮਾਰ ਅਤੇ ਗਿੱਪੀ ਗਰੇਵਾਲ। ਦੈਨ ਉਸ ਤੋਂ ਬਾਅਦ ਜਦੋਂ ਵਾਰਨਿੰਗ ਮੂਵੀ ਰਿਲੀਜ਼ ਹੋਈ ਤਾਂ ਇਹਨਾਂ ਨੇ ਇਹ ਚਲਾਇਆ ਸੀ ਕਿ ਮਿਆਨ ਇੱਕ ਅਤੇ ਤਲਵਾਰਾਂ ਹੋਣਗੀਆਂ 4, ਖੜਕਾ ਤਾਂ ਹੋਊਗਾ। ਹੁਣ ਚੌਥੀ ਤਲਵਾਰ, ਯਾਨੀ ਕਿ ਕੁਛ ਵੀ ਨਹੀਂ ਪਤਾ। ਜਾਂ ਫਿਰ ਇੱਦਾਂ ਹੋ ਸਕਦਾ ਕਿ ਧੀਰਜ ਕੁਮਾਰ ਵਾਲੀ ਤਲਵਾਰ ਨੂੰ ਕੱਟ ਦਿੱਤਾ ਵਾ, ਇੱਥੇ ਤਲਵਾਰਾਂ ਹੋ ਗਈਆਂ ਗਿੱਪੀ ਗਰੇਵਾਲ, ਪ੍ਰਿੰਸ ਕਵਲਜੀਤ ਸਿੰਘ, ਰਾਹੁਲ ਦੇਵ ਅਤੇ ਰਾਣਾ। ਕਿਉਂਕਿ ਬਾਕੀ ਜਿੰਨੇ ਵੀ ਗੁੰਡੇ ਆਪਾਂ ਇਸ ਟ੍ਰੇਲਰ ਦੇ ਵਿੱਚ ਦੇਖੇ ਨੇ, ਉਹ ਆਪਾਂ ਐਜ਼ ਅ ਸਾਈਡ ਰੋਲ ਉਹਨਾਂ ਨੂੰ ਇੰਨੀ ਮਹੱਤਤਾ ਨਹੀਂ ਦਿੱਤੀ ਗਈ। ਬਾਕੀ ਮੂਵੀ ਦਾ ਪਿਓਰ ਐਂਟਰਟੇਨਮੈਂਟ ਹੋਣ ਵਾਲੀ ਹੈ, ਐਕਸ਼ਨ ਸੀਨ, ਡਾਇਲੋਗ ਸਾਰੇ ਉੱਤ ਦੇ ਹੋਣ ਵਾਲੇ ਆ। 2 ਫਰਵਰੀ ਨੂੰ ਮੂਵੀ ਰਿਲੀਜ਼ ਹੋਵੇਗੀ। ਫਸਟ ਡੇ ਫਸਟ ਸ਼ੋਅ ਮੇਰਾ ਬੁੱਕ ਹੈ, ਤੁਸੀਂ ਜ਼ਰੂਰ ਦੇਖਿਓ। ਰਿਵਿਊ ਤਾਂ ਮੈਂ ਕੀ ਦੇਣਾ, ਮੈਨੂੰ ਪਤਾ ਘੈਂਟ ਹੀ ਹੋਣੀ ਆ ਮੂਵੀ ਇਹ, ਅਤੇ ਮੂਵੀ ਦੇਖ ਕੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਬਿਨਾਂ ਸਪੋਇਲਰਸ ਤੋਂ ਉਦੋਂ ਕਿ ਕਿਹੜੀ ਕਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗੀ। ਸੋ ਥੈਂਕ ਯੂ।